ਬਟਾਲਾ ਵਿਖੇ ਇੱਕ ਪਟਾਕਾ ਫੈਕਟਰੀ ਵਿੱਚ ਬੰਬ ਧਮਾਕੇ ਨਾਲ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਸ ਵਿੱਚ 23 ਲੋਕ ਆਪਣੀ ਜਾਨ ਤੋਂ ਹੱਥੋਂ ਬੈਠੇ ਨੇ, ਜਿੱਥੇ 18 ਲੋਕ ਹਾਲੇ ਵੀ ਬਹੁਤ ਜ਼ਿਆਦਾ ਗੰਭੀਰ ਤੌਰ 'ਤੇ ਸਿਵਲ ਹਸਪਤਾਲ ਵਿੱਚ ਐਡਮਿਟ ਕੀਤੇ ਗਏ ਨੇ, ਜਿੱਥੇ SSP ਸਾਹਿਬ ਨੇ ਦੱਸਿਆ ਹੈ ਕਿ ਜੋ ਇਸ ਫੈਕਟਰੀ ਦੇ ਮਾਲਕ ਸਨ ਉਹ ਕੁਝ ਸਾਲਾਂ ਪਹਿਲਾਂ ਹੀ ਉਹਨਾਂ ਦੀ ਡੈਥ ਹੋ ਚੁੱਕੀ ਹੈ, ਜਦਕਿ ਪੰਜਾਬ ਪੁਲਿਸ ਨੇ ਉਹਨਾਂ ਦੇ ਨਾਂ 'ਤੇ ਉੱਤੇ ਹੀ ਪਰਚਾ ਦਰਜ ਕਰਕੇ ਰੱਖਿਆ ਹੋਇਆ ਹੈ। ਦੋਸਤੋ ਤੁਹਾਨੂੰ ਦੱਸ ਦਈਏ ਕਿ ਇਸ ਵਿੱਚ 3 ਭਰਾਵਾਂ ਦੀ ਮੌਤ ਹੋ ਚੁੱਕੀ ਹੈ, ਜੋ ਕਿ 4 ਭਰਾ ਸੀ ਉਹਨਾਂ ਵਿੱਚੋਂ ਸਿਰਫ 1 ਭਰਾ ਹੀ ਬਚਿਆ ਹੈ, ਅਤੇ ਜਿੱਥੇ ਇਹ ਫੈਕਟਰੀ ਸੀ ਉਹ ਰਹਾਇਸ਼ੀ ਇਲਾਕਾ ਹੋਣ ਕਾਰਨ ਆਸੇ ਪਾਸੇ ਕਈ ਘਰਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਹੈ ਅਤੇ ਕਈ ਲੋਕ ਜ਼ਿਆਦਾ ਹੀ ਡਰੇ ਹੋਏ ਅਤੇ ਸਹਿਮੇ ਹੋਏ ਹਨ। ਬਟਾਲਾ ਵਿਖੇ ਇਹ ਫੈਕਟਰੀ ਜੋ ਕਿ ਕਾਫੀ ਸਾਲਾਂ ਤੋਂ ਚੱਲ ਰਹੀ ਸੀ, ਉਸ ਵਿੱਚ ਪਿਛਲੇ ਸਾਲ ਹੀ ਤਕਰੀਬਨ 2 ਜਣਿਆਂ ਦੀ ਅੱਗ ਲੱਗਣ ਕਾਰਨ ਮੌਤ ਵੀ ਹੋਈ ਸੀਗੀ, ਪਰ ਪੰਜਾਬ ਪੁਲਿਸ ਨੇ ਇਸ ਉੱਪਰ ਕੋਈ ਐਕਸ਼ਨ ਨਹੀਂ ਲਿਆ, ਜਿਸ ਕਾਰਨ ਜੋ ਅੱਜ ਇਹ ਹਾਦਸਾ ਵਾਪਰਿਆ ਉਸ ਹਾਦਸੇ ਨੂੰ ਟਾਲਿਆ ਜਾ ਸਕਦਾ ਸੀਗਾ ਜਾਂ ਫਿਰ ਬਹੁਤ ਘੱਟ ਕੀਤਾ ਜਾ ਸਕਦਾ ਸੀਗਾ। ਜਦ SSP ਬਟਾਲਾ ਵਿਖੇ ਨੂੰ ਪੁੱਛਿਆ ਗਿਆ ਕਿ ਉਹ ਇੰਨੇ ਸਾਲ ਤੋਂ ਕੀ ਕਰ ਰਹੇ ਸੀ ਜਦਕਿ ਇਹ ਨਜਾਇਜ਼ ਫੈਕਟਰੀ ਚੱਲ ਰਹੀ ਸੀ, ਤਾਂ ਉਹਨਾਂ ਨੇ ਦੱਸਿਆ ਕਿ ਉਹਨਾਂ ਨੂੰ ਸਿਰਫ ਨਿਯੁਕਤੀ ਹੋਏ ਨੇ 2 ਸਾਲ ਹੀ ਹੋਏ ਹਨ, ਪਰ ਕਿ ਉਹ 2 ਸਾਲ 'ਚ ਉਹਨਾਂ ਦੇ SHO ਜਾਂ ਫਿਰ ਉਹਨਾਂ ਦੇ ਇੰਸਪੈਕਟਰਾਂ ਨੇ ਉਹਨਾਂ ਨੂੰ ਇਹ ਇਤਲਾਹ ਨਹੀਂ ਦਿੱਤੀ ਸੀ ਕਿ ਉਹਨਾਂ ਦੇ ਇਲਾਕੇ ਵਿੱਚ ਇੱਕ ਨਜਾਇਜ਼ ਪਟਾਕਾ ਫੈਕਟਰੀ ਚੱਲ ਰਹੀ ਹੈ ਜਿਸ ਵਿੱਚ ਕਈ ਗੰਭੀਰ ਦੁਰਘਟਨਾਵਾਂ ਹੋ ਰਹੀਆਂ ਨੇ। ਦੋਸਤੋ ਸਾਨੂੰ ਪਤਾ ਹੀ ਹੈ ਪੂਰੇ ਭਾਰਤ ਵਰਸ਼ ਦਾ ਸਾਰਾ ਪ੍ਰਸ਼ਾਸਨ ਜਾਂ ਫਿਰ ਉਹ ਸਿਸਟਮ ਹਜੇ ਵੀ ਸਹੀ ਢੰਗ ਨਾਲ ਨਹੀਂ ਕੰਮ ਕਰ ਰਿਹਾ ਜਿਸ ਢੰਗ ਨਾਲ ਉਸਨੂੰ ਕੰਮ ਕਰਨਾ ਚਾਹੀਦਾ ਹੈ, ਜਾਂ ਫਿਰ ਕਹਿੰਦੇ ਕਾਰਨ ਪ੍ਰਣਾਲੀ ਉਨੀ ਵਧੀਆ ਨਹੀਂ ਹੈਗੀ ਕਿ ਉਹ ਇਸ ਦੇਸ਼ ਨੂੰ ਚਲਾ ਸਕਣ ਜਾਂ ਫਿਰ ਇਸ ਦੇਸ਼ ਨੂੰ ਅੱਗੇ ਵਧਾ ਸਕਣ ਜਿਵੇਂ ਕਿ ਚਾਈਨਾ ਅਤੇ ਅਮੈਰੀਕਾ ਵਰਗੇ ਦੇਸ਼ ਕਰ ਰਹੇ ਨੇ। ਦੋਸਤੋ ਹਜੇ ਤਾਂ ਇਹ ਇੱਕ ਬਟਾਲੇ ਫੈਕਟਰੀ ਵਿੱਚ ਹੀ ਬੰਬ ਧਮਾਕੇ ਦੀ ਗੱਲ ਚੱਲ ਰਹੀ ਹੈ, ਪਰ ਜਦਕਿ ਪੂਰੇ ਪੰਜਾਬ ਭਰ ਵਿੱਚ ਪੂਰੇ ਭਾਰਤ ਵਰਸ਼ ਵਿੱਚ ਹਜ਼ਾਰਾਂ ਹੀ ਇਹੋ ਜਿਹੀਆਂ ਨਜਾਇਜ਼ ਫੈਕਟਰੀਆਂ ਚੱਲ ਰਹੀਆਂ ਜਿੱਥੇ ਹਜ਼ਾਰਾਂ ਹੀ ਲੋਕ ਕੰਮ ਕਰ ਰਹੇ ਨੇ ਅਤੇ ਹਰੇਕ ਦਿਨ ਕੋਈ ਨਾ ਕੋਈ ਮਜ਼ਦੂਰ ਕੋਈ ਨਾ ਕੋਈ ਦੁਰਘਟਨਾ ਦਾ ਸ਼ਿਕਾਰ ਹੋ ਜਾਂਦਾ ਹੈ, ਪਰ ਪ੍ਰਸ਼ਾਸਨ ਵੱਲੋਂ ਇਹਨਾਂ ਫੈਕਟਰੀਆਂ ਵੱਲ ਕੋਈ ਵੀ ਟਿੱਪਣੀ ਜਾਂ ਫਿਰ ਉਹਨਾਂ ਉੱਪਰ ਕੋਈ ਵੀ ਐਕਸ਼ਨ ਨਹੀਂ ਲਿਆ ਜਾ ਰਿਹਾ, ਜਿਸ ਕਾਰਨ ਪ੍ਰਸ਼ਾਸਨ ਦੀ ਇਹਨਾਂ ਅਣਗਹਿਲੀਆਂ ਕਾਰਨ ਹਜ਼ਾਰਾਂ ਹੀ ਲੋਕ ਸਮੇਂ ਪੈਣ 'ਤੇ ਨਹੀਂ ਬਚਾਏ ਜਾ ਸਕਦੇ ਅਤੇ ਇਹਨਾਂ ਫੈਕਟਰੀਆਂ ਦਾ ਅੱਗੇ ਜਾ ਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਦੋਸਤੋ ਜੇਕਰ ਅਸੀਂ ਗੱਲ ਕਰੀਏ ਬਟਾਲਾ ਪਟਾਕਾ ਫੈਕਟਰੀ ਮਾਮਲੇ ਵਿੱਚ, ਉਹ ਜਸਪਾਲ ਸਿੰਘ ਦੇ ਨਾਂ 'ਤੇ ਸੀ ਜੋ ਕਿ ਕੁਝ ਸਾਲਾਂ ਪਹਿਲਾਂ ਹੀ ਇਸ ਦੁਨੀਆ ਤੋਂ ਜਾ ਚੁੱਕੇ ਨੇ ਅਤੇ ਉਹਨਾਂ ਦੇ ਉੱਤੇ ਹੀ ਪੰਜਾਬ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ, ਜਦਕਿ ਪੰਜਾਬ ਪੁਲਿਸ ਨੂੰ ਇਹ ਨਹੀਂ ਪਤਾ ਉਹ ਸ਼ਖਸ ਇਸ ਦੁਨੀਆ 'ਤੇ ਹੈ ਨਹੀਂ, ਅਤੇ ਉਹਨਾਂ ਨੇ ਇਹ ਪਰਚਾ ਦਰਜ ਕਰ ਲਿਆ ਜੋ ਕਿ ਸ਼ਾਇਦ ਝੂਠਾ ਜਾਂ ਫਿਰ ਕੋਈ ਪੈਸੇਵਰ ਲੋਕਾਂ ਵੱਲੋਂ ਹੀ ਸ਼ਾਇਦ ਦਰਜ ਕਰਾਇਆ ਗਿਆ ਹੋਵੇ। ਹੁਣ ਦੇਖਣਾ ਇਹ ਹੈ ਸਮੇਂ ਸਿਰ ਕਿ ਜੋ ਲੋਕ ਇਸ ਵਿੱਚ ਪੀੜਿਤ ਹੋਏ ਨੇ ਜਾਂ ਫਿਰ ਉਹ ਆਪਣੀ ਜਾਨੋ ਮਾਲ ਦਾ ਨੁਕਸਾਨ ਭੁਗਤ ਰਹੇ ਪਰਿਵਾਰ, ਉਹਨਾਂ ਨੂੰ ਕੋਈ ਇਨਸਾਫ ਮਿਲੇਗਾ ਜਾਂ ਨਹੀਂ। ਬਿਊਰੋ ਰਿਪੋਰਟ, ਹਰਪ੍ਰੀਤ ਸਿੰਘ, ਸਾਹੀ TV। ਪਲੀਜ਼ ਲਾਈਕ ਐਂਡ ਸਬਸਕ੍ਰਾਈਬ ਦੇ ਚੈਨਲ।